ਆਮ ਆਦਮੀ ਕਲੀਨਿਕ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ। ਚੋਰ ਇੱਥੋਂ ਦਵਾਈਆਂ, ਏਸੀ ਦੀ ਪਾਈਪ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ। ਇੱਥੋਂ ਤੱਕ ਕਿ ਦਸਤਾਵੇਜ਼ਾਂ ਦੇ ਨਾਲ ਵੀ ਫਰੋਲਾ ਫਰਾਲੀ ਕੀਤੀ ਗਈ। ਸਵੇਰੇ ਜਦੋਂ ਡਾਕਟਰ ਮੁਹੱਲਾ ਕਲੀਨਿਕ ਦੇ ਵਿੱਚ ਆਏ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਬਠਿੰਡਾ ਦੇ ਬੇਅੰਤ ਨਗਰ ਦੇ ਵਿੱਚ ਆਮ ਆਦਮੀ ਪਾਰਟੀ ਕਲੀਨਿਕ ਹੈ। ਜ਼ਿਆਦਾਤਰ ਇਸ ਇਲਾਕੇ ਦੇ ਵਿੱਚ ਨਸ਼ਾ ਧੜੱਲੇ ਦੇ ਨਾਲ ਵਿਕ ਰਿਹਾ। ਜ਼ਰੂਰ ਇਹ ਨਸ਼ੇੜੀਆਂ ਦਾ ਕੰਮ ਹੋਵੇਗਾ ਜਿਨ੍ਹਾਂ ਦੇ ਵੱਲੋਂ ਤਾਲਾ ਤੋੜ ਕੇ ਮੁਹੱਲਾ ਕਲੀਨਿਕ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਡਾਕਟਰ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਪਹਿਲਾਂ ਵੀ ਇੱਥੇ ਚੋਰੀਆਂ ਹੋ ਚੁੱਕੀਆਂ ਨੇ। ਚੋਰ ਇੱਥੋਂ ਦਵਾਈਆਂ, ਏਸੀ ਦੀ ਪਾਈਪ ਔਰ ਹੋਰ ਬਿਜਲੀ ਦੀਆਂ ਤਾਰਾਂ ਵੀ ਚੁੱਕ ਕੇ ਲੈ ਗਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮੇਰਾ ਨਾਮ ਡਾਕਟਰ ਨਵਦੀਪ ਸਿੰਘ ਭੰਗੂ, ਇਹ ਆਮ ਆਦਮੀ ਕਲੀਨਿਕ ਬੇਅੰਤ ਨਗਰ ਹੈ। ਅਤੇ ਚੋਰੀ, ਇਹ ਦੋ ਦਿਨ ਛੁੱਟੀਆਂ ਸੀਗੀਆਂ ਹੁਣ, ਅਤੇ ਛੁੱਟੀਆਂ ਹੋਣ ਕਰਕੇ ਇਹ ਹਰੇਕ ਵਾਰ ਮਤਲਬ ਥੋੜ੍ਹੇ ਜਿਹੇ ਚਾਂਸ ਵੱਧ ਜਾਂਦੇ ਚੋਰੀ ਹੋਣ ਦੇ। ਚੋਰੀ ਇੱਥੇ ਸਾਡੇ ਲਈ ਰੂਟੀਨ ਹੀ ਹੈ ਇੱਕ ਤਰ੍ਹਾਂ ਦਾ। ਨੁਕਸਾਨ ਚੋਰੀ ਹੋ ਸਕਦਾ, ਕੋਈ ਰਿਕਾਰਡ ਵੀ ਸਾਡਾ ਖੁਰਦ ਬੁਰਦ ਕੀਤਾ ਇਹਨਾਂ ਨੇ। ਦਵਾਈਆਂ ਸਾਰੀਆਂ ਖਿੰਡੀਆਂ ਹੋਈਆਂ ਪਾਈਆਂ ਗਈਆਂ, ਅਤੇ ਜਿਹੜੀਆਂ ਮਤਲਬ ਜਿਵੇਂ ਬਿਜਲੀ ਦੀਆਂ ਤਾਰਾਂ ਹੈਗੀਆਂ, ਕੋਈ ਮੋਟਰ ਦੀ ਤਾਰ ਹੈ ਅਤੇ ਵਾਟਰ ਕੂਲਰ ਦੀ ਤਾਰ ਹੈ, ਅਤੇ ਉੱਧਰ ਜਿਹੜੇ ਸਾਡਾ ਜਿੱਥੇ ਵੈਕਸੀਨ ਵਾਲੇ ਕਮਰੇ ਨੇ, ਉਹ ਇੱਕ ਪਾਸਾ ਹੀ ਕਹਿ ਲਓ ਪੂਰਾ ਖੱਬਾ ਪਾਸਾ, ਉਹ ਸਾਰੇ 'ਚ ਲਾਈਟ ਨਹੀਂ ਹੈਗੀ ਕਿਉਂਕਿ MCV 'ਚੋਂ ਕਾਪਰ ਦੀਆਂ ਇਹਨਾਂ ਨੇ ਤਾਂਬੇ ਦੀਆਂ ਤਾਰਾਂ ਚੋਰੀ ਕਰੀਆਂ। ਦਵਾਈਆਂ ਅਸੀਂ ਹੁਣ ਇੰਨੀ ਕਿੰਨੀ ਗਿਣਤੀ ਕਰ ਸਕਦੇ ਹਾਂ, ਖੁਰਦ ਬੁਰਦ ਹੋਈਆਂ ਤਾਂ ਚੋਰੀ ਹੋਈਆਂ ਹੋਣਗੀਆਂ। ਅਸੀਂ ਦੇਖ ਰਹੇ ਹਾਂ, ਹੌਲੀ ਹੌਲੀ ਕਰ ਰਹੇ ਹਾਂ। ਪੁਲਿਸ ਵਾਲੇ ਵੀ ਇੱਕ ਵਾਰੀ ਮੌਕਾ ਦੇਖ ਕੇ ਗਏ ਹੈ। ਚੋਰੀ ਮੈਨੂੰ ਸਾਲ ਹੋ ਗਿਆ, ਮੇਰੇ ਦੇਖਦੇ ਤਾਂ ਇਹ ਚੌਥੀ ਚੋਰੀ ਹੋਊਗੀ ਕੋਈ, ਮਤਲਬ ਮੇਜਰ ਚੋਰੀਆਂ 'ਚੋਂ। ਛੋਟਾ ਮੋਟਾ ਬਾਹਰੋਂ ਤਾਲਾ ਤੋੜਤਾ, ਬਾਹਰੋਂ ਕਾਪਰ ਦੀਆਂ ਪਾਈਪਾਂ ਕੱਟੀਆਂ, ਏਸੀ ਦੀਆਂ ਹਫ਼ਤਾ ਪਹਿਲਾਂ ਕੱਟੀਆਂ, ਹੁਣ ਵੀ ਅੰਦਰ ਵੜ ਕੇ ਹੁਣ ANM ਰੂਮ ਦੇ ਏਸੀ ਦੇ ਕਾਪਰ ਪਾਈਪਾਂ ਕੱਟ ਕੇ ਲੈ ਗਏ। ਮੈਂ ਹਾਂਜੀ, ਪੁਰਾਣਾ ਰਿਕਾਰਡ ਮੈਂ ਦੇਖਿਆ, ਜਿੰਨੇ ਵੀ ਡਾਕਟਰਸ ਰਹੇ ਆ ਹਰੇਕ ਵਾਰੀ ਕੋਈ ਜਿਹੜਾ ਸਾਲ ਡੇਢ ਸਾਲ ਲਾ ਕੇ ਆਉਂਦਾ, ਚਾਰ ਪੰਜ ਵਾਰ ਉਹਨੂੰ ਥਾਣੇ ਲਿਖਾ ਕੇ ਆਉਣਾ ਪੈਂਦਾ, ਅਤੇ ਮਹਿਕਮੇ ਨੂੰ ਵੀ ਬਹੁਤ ਡਿਮਾਂਡਸ ਮੇਰੇ ਵੱਲੋਂ ਵੀ, ਪੁਰਾਣੇ ਡਾਕਟਰਸ ਵੱਲੋਂ ਵੀ ਕੋਈ ਚੌਂਕੀਦਾਰ ਦਾ ਇੱਥੇ ਕੋਈ ਪ੍ਰਬੰਧ ਹੋਵੇ, ਕੋਈ ਸਿਸਟਮ ਬਣੇ, ਜਾਂ ਬੇਸ਼ੱਕ ਪੁਲਿਸ ਚੌਂਕੀ ਬਣ ਜਾਵੇ ਇੱਥੇ, ਕੁਛ ਵੀ ਹੋ ਜਾਵੇ ਕੋਈ, ਕਿਉਂਕਿ ਇੱਕ ਚੌਂਕੀਦਾਰ ਇਕੱਲਾ ਵੀ ਸ਼ਾਇਦ ਨਾ ਸੰਭਾਲ ਸਕੇ। ਉੱਪਰ ਆਪਣੀ ਫਸਟ ਫਲੋਰ ਏਮਸ ਵਾਲਿਆਂ ਕਰਕੇ ਖਾਲੀ ਕਰਾਈ ਸੀਗੀ, ਉਹ ਆਏ ਨਹੀਂ, ਉਹ ਖਾਲੀ ਪਈ ਹੈ, ਅਤੇ ਇੱਥੇ ਕੋਈ 24/7 ਇੱਥੇ ਕੋਈ ਪ੍ਰਬੰਧ ਚਾਹੀਦਾ ਤਕੜਾ ਸਿਕਿਉਰਿਟੀ ਦਾ। ਨਹੀਂ ਤਾਂ ਹੁਣ ਦੇਖੋ, ਸਾਡੇ ਕੋਲ ਮੋਟਰ ਦੀ ਪਾਈਪ ਕੱਟੀ ਗਈ, ਪਾਣੀ ਪੀਣ ਵਾਲੇ ਦੀ, ਇਲੈਕਟ੍ਰੀਸਿਟੀ ਦਾ ਖਤਮ ਹੈ, ਰਿਪੇਅਰ ਕਰਾਉਂਦੇ ਹਾਂ, ਕੋਈ ਉਹਦਾ ਡਿਪਾਰਟਮੈਂਟ ਇੱਕਦਮ ਕਰਾ ਕੇ ਨਹੀਂ ਦਿੰਦਾ, ਅਸੀਂ ਕਿੰਨੇ ਕੁ ਵਾਰੀ ਆਪ ਖਰਚਾ ਕਰੀ ਜਾਵਾਂਗੇ, ਅਤੇ ਖਰਚਾ ਅੱਜ ਕਰਾਂਗੇ ਕੱਲ੍ਹ ਨੂੰ ਸ਼ਾਇਦ ਫਿਰ ਉਹੀ ਗੱਲ ਹੋਵੇ, ਅਤੇ ਬਹੁਤ ਬੁਰਾ ਹਾਲ, ਬਹੁਤ ਜ਼ਿਆਦਾ।